ਗੁੱਡ ਮਾਰਨਿੰਗ ਸਟੂਡੈਂਟਸ ਆਸ ਕਰਦੇ ਹਾਂ ਤੁਸੀਂ ਘਰ ਵਿੱਚ ਰਹਿ ਕੇ ਆਪਣੀ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤੇ ਪੰਜਾਬ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਜੋ ਡੇਲੀ ਅਭਿਆਸ ਸ਼ੀਟ ਆਉਂਦੀ ਹੈ ਉਹਨਾਂ ਦੀ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਪ੍ਰੈਕਟਿਸ ਕਰ ਸਕਦੇ ਜਾਂ ਫਿਰ ਤੁਸੀਂ ਜੇ ਪੀਡੀਐਫ ਫਾਈਲ ਦੇ ਵਿੱਚ ਉਸ ਅਭਿਆਸ ਸ਼ੀਟ ਨੂੰ ਸੋਲਵ ਕਰ ਲਿਆ ਹੈ ਤੇ ਆਪਣੇ ਆਨਸਰ ਜ਼ਰੂਰ ਇਹਦੇ ਨਾਲ ਮੈਚ ਕਰਿਆ ਕਰੋ ਤੇ ਅੱਜ ਦੀ ਅਸੀਂ ਅਭਿਆਸ ਸ਼ੀਟ ਸ਼ੁਰੂ ਕਰਦੇ ਹਾਂ ਜੀ ਅੱਜ ਸਰ ਟਿਕਲਵਿਆ ਸ਼ੀਟ 57 ਪ੍ਰੈਕਟਿਸ ਸ਼ੀਟ 57 ਆਈ ਹੈ ਉਹਨੂੰ ਸੋਲਵ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਸਾਨੂੰ ਪੰਜਾਬੀ ਦਾ ਪੈਰਾ ਦਿੱਤਾ ਗਿਆ ਹੈ ਤੁਸੀਂ ਜੇ ਪੈਰੇ ਨੂੰ ਨਹੀਂ ਪੜਿਆ ਤੇ ਵੀਡੀਓ ਨੂੰ ਸਟਾਪ ਕਰਕੇ ਪੜ ਸਕਦੇ ਜੀ ਫਿਰ ਕੁਐਸਚਨਸ ਨੂੰ ਅਟੈਂਪਟ ਕਰਨਾ ਹੈ ਜੀ ਕੁਐਸਚਨਸ ਕ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਹੈ ਸਾਨੂੰ ਚੰਗਾ ਜਾਂ ਮਾੜਾ ਕੌਣ ਬਣਾਉਂਦਾ ਹੈ ਤੇ ਪੈਰੇ ਦੇ ਅਕੋਰਡਿੰਗ ਇਹ ਪੈਰਾ ਵੈਸੇ ਕੁਝ ਦਿਨਾਂ ਪਹਿਲਾਂ ਆਇਆ ਸੀ ਤੇ ਅੱਜ ਫਿਰ ਰੀਪੀਟ ਹੋਇਆ ਹੈ ਤੇ ਇਹਦਾ ਫਰਸਟ ਕੁਐਸਚਨ ਦਾ ਆਨਸਰ ਹੋਏਗਾ ਸਾਡਾ ਸਾਡਾ ਵਿਵਹਾਰ ਸਾਨੂੰ ਚੰਗਾ ਜਾਂ ਮਾੜਾ ਕੌਣ ਬਣਾਉਂਦਾ ਹੈ ਐਡਾ ਆਪਸ਼ਨਸ ਦਾ ਹੀ ਆਨਸਰ ਹੈ ਸਾਡਾ ਵਿਵਹਾਰ ਦੂਸਰਾ ਪ੍ਰਸ਼ਨ ਹੈ ਕਦਰ ਤੋਂ ਕੀ ਭਾਵ ਹੈ ਜੀ ਕਦਰ ਦਾ ਮਤਲਬ ਹੁੰਦਾ ਹੈ ਸਤਿਕਾਰ ਉਹਦਾ ਆਪਸ਼ਨ ਸਾਡਾ ਸਹੀ ਆਨਸਰ ਹੈ ਤੀਸਰਾ ਪ੍ਰਸ਼ਨ ਹੈ ਡੈਸ਼ ਵਿੱਚ ਰਹਿੰਦੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ অপশন 0 ਦੇ ਵਹਿੜੇ ਕਮਰੇ ਸਮਾਜ ਬਰਾਂਡੇ ਤੇ ਇਹਦਾ ਜੋ ਸਹੀ ਆਨਸਰ ਹੈ ਉਹ ਈਡੀ অপਸ਼ਨ ਹੈ ਸਮਾਜ ਸਮਾਜ ਵਿੱਚ ਰਹਿੰਦੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਗਲਾ ਪ੍ਰਸ਼ਨ ਸਾਡੇ ਕੋਲ ਸਹੀ ਵਾਕ ਚੁਣਨ ਬਾਰੇ ਆ ਇਹ ਤੁਸੀਂ ਚਾਰੇ ਵਾਕ ਪੜ੍ਹਨੇ ਆ ਤੇ ਜੋ ਇਹਦਾ ਆਨਸਰ ਹੋਏਗਾ ਉਹ ਹੈਗਾ ਤੁਹਾਡਾ ਐਡਾ অপਸ਼ਨ ਸਾਨੂੰ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ ਬਾਕੀ ਵਾਕਾਂ ਦੇ ਵਿੱਚ ਬਣਤਰ ਦੇ ਵਿੱਚ ਜਾਂ ਜੋ ਸ਼ਬਦ ਵਰਤੇ ਗਏ ਆ ਉਹ ਸ਼ੁੱਧ ਨਹੀਂ ਹੈ ਇਸ ਕਰਕੇ ਉਹ ਗਲਤ ਹੈ ਇਹੜਾ ਆਪਸ਼ਨ ਸਾਡਾ ਬਿਲਕੁਲ ਸਹੀ ਬਾ ਆ ਗਿਆ। ਅਗਲਾ ਕੁਐਸਚਨ ਦੇਖਦੇ ਹਾਂ। ਅਸੀਂ ਖੁਰਾਕ ਦਾ ਕੀ ਕਰਦੇ ਹਾਂ? ਆਪਸ਼ਨਸ ਪਹਨਦੇ ਹਾਂ, ਖਾਂਦੇ ਹਾਂ, ਬੁੰਦੇ ਹਾਂ, ਸਿੱਖਦੇ ਹਾਂ। ਖੁਰਾਕ ਕੀ ਹੁੰਦਾ ਹੈ ਜੀ? ਸਾਡਾ ਖਾਣਾ ਤੇ ਅਸੀਂ ਕੀ ਕਰਦੇ ਆ ਖੁਰਾਕ ਨੂੰ? ਖਾਂਦੇ ਹਾਂ। ਇਹੜਾ ਆਪਸ਼ਨ ਸਾਡਾ ਸਹੀ ਆਨਸਰ ਹੈ। ਨੈਕਸਟ ਸਾਡੇ ਕੋਲ ਗਣਿਤ ਵਿਸ਼ੇ ਦੇ ਕੁਐਸਚਨਸ ਆ। ਪਹਿਲਾ ਕੁਐਸਚਨ ਆ ਅਰਸ਼ਦੀਪ ਕੋਲ 8 ਥਾਂ ਦਿਖਾਏ ਅਨੁਸਾਰ ਕਰੰਸੀ ਨੋਟ ਹਨ। ਦੱਸੋ ਕਿ ਉਸ ਕੋਲ ਕੁੱਲ ਕਿੰਨਾ ਧਨ ਹੈ? ਜੀ ਅਸੀਂ ਇਹਨਾਂ ਸਾਰਿਆਂ ਦਾ ਟੋਟਲ ਕਰਨਾ ਹੈ ਤੇ ਤੁਸੀਂ ਆਪਣੇ ਕਾਪੀ ਤੇ ਨਾਲ ਕਰਕੇ ਦੇਖ ਸਕਦੇ ਜੀ ਸਾਡੇ ਕੋਲ ਪਹਿਲਾਂ 50 ਰੁਪਏ ਦਾ ਨੋਟ ਆ 50 ਰੁਪਏ ਫਿਰ 20 ਰੁਪਏ ਔਰ ਫਿਰ 10 ਰੁਪਏ ਫਿਰ 2 ਰੁਪਏ ਤੇ ਇਹ ਸਾਡੇ ਕਿੰਨੇ ਬਣ ਗਏ ਜੀ 50 ਤੇ 20 70 70 ਤੇ 10 80 80 ਤੇ 2 82 ਸਾਰਿਆਂ ਨੂੰ ਜੋੜ ਕਰਨ ਤੇ ਸਾਡੇ ਕੋਲ ਕੀ ਆਏਗਾ 82 ਸੌਰੀ 82 ਐਡਾਪਟ ਸੌਰੀ ਉੜਾ অপਸ਼ਨ ਸਾਡਾ ਸਹੀ ਆਨਸਰ ਹੈ 82 ਰੁਪਏ ਨੈਕਸਟ ਕੁਐਸਚਨ ਹੈ ਹੇਠਾਂ ਦਿੱਤੇ ਅੰਬਾ ਦੇ ਸਮੂਹ ਦੇਖੋ ਅਤੇ ਦੱਸੋ ਕਿ ਕਿਹੜੀ ਗਣਿਤਿਕ ਕਿਰਿਆ ਕੁਲ ਅੰਬਾ ਨੂੰ ਦਰਸਾਉਂਦੀ ਹੈ ਸਾਡੇ ਕੋਲ ਚਿੱਤਰਾਂ ਦੇ ਵਿੱਚ ਕੀ ਦਿਖਾਇਆ ਗਿਆ ਹੈ ਕਿ ਤਿੰਨ ਗਰੁੱਪ ਬਣੇ ਆ ਤੇ ਹਰੇਕ ਗਰੁੱਪ ਦੇ ਵਿੱਚ ਪੰਜ ਆਂਬੇ ਆ ਤੇ ਅਸੀਂ ਦੱਸਣਾ ਹੈ ਕਿ ਕਿਹੜੀ ਗਣਿਤਿਕ ਕਿਰਿਆ ਇਸ ਤਸਵੀਰਾਂ ਨੂੰ ਸਹੀ ਦਰਸਾਉਂਦੀ ਆ ਤੇ ਮਤਲਬ ਤਿੰਨ ਗਰੁੱਪ ਤੇ ਹਰੇਕ ਗਰੁੱਪ ਦੇ ਵਿੱਚ ਪੰਜ ਅੰਬ ਤੇ ਕੁੱਲ ਅੰਬ ਜੇ ਆਪਾਂ ਪਤਾ ਕਰਿਆਂਗੇ ਤੇ ਕਿਸ ਤਰ੍ਹਾਂ ਕਰਾਂਗੇ 5 ਗੁਣਾ 3 ਇਸ ਤਰ੍ਹਾਂ ਸਾਡਾ ਸਹੀ ਗਿਣਤੀ ਕਿਰੇ ਆ ਫਿਰ ਕਿਹੜੀ ਬਣੇਗੀ ਐਡ ਆਪਸ਼ਨ 5 ਗੁਣਾ 3 ਅਗਲਾ ਕੁਐਸਚਨ ਹੈ ਸਾਡਾ 8 ਤਾਂ ਦਿੱਤੇ ਛੱਤਰ ਵਿੱਚ ਕਿੰਨੇ ਆ ਟਿਕਾਉਣਾ ਹੱਲ ਇਹ ਕਾਫੀ ਵਧੀਆ ਕੁਐਸਚਨ ਹੈ ਇਹ ਇਹਨੂੰ ਕਰਨ ਵਾਸਤੇ ਤੁਹਾਨੂੰ ਜ਼ੂਮ ਕਰਕੇ ਕਾਊਂਟ ਕਰਕੇ ਦਿਖਾ ਦਿੰਨੇ ਆ ਜੀ ਸਭ ਤੋਂ ਪਹਿਲਾਂ ਇੱਕ ਜੋ ਬਾਹਰ ਵਾਲੀਆਂ ਟਿਕੋਣਾਂ ਆ ਉਹ ਅਸੀਂ ਗਿਣ ਲੈਨੇ ਆ 1 2 3 4 5 6 7 8 9 ਤੇ ਇੱਕ ਜੋ ਇਹ ਆਪ ਜੋ ਬਣ ਰਿਹਾ ਆ ਪੂਰਾ ਇਹ ਵੀ ਇੱਕ ਟਿਕੋਣ ਆ ਇਸ ਤਰ੍ਹਾਂ ਇਹ 10 ਟਿਕੋਣਾਂ ਬਣੀਆਂ ਸਾਡੇ ਕੋਲ ਤੇ ਇਹਦਾ ਆਨਸਰ ਫਿਰ ਸਾਡਾ ਕੀ ਹੋਏਗਾ ਆਪਸ਼ਨਸ ਦੇ ਵਿੱਚ ਸਾਨੂੰ ਐਡਾ ਆਪਸ਼ਨ ਤੇ ਦਿੱਤਾ ਗਿਆ ਹੈ 10 ਐਡਾ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਸਾਡੇ ਕੋਲ ਹੇਠਾਂ ਤੇ ਫਰਸ਼ ਦੇ ਨਮੂਨੇ ਨੂੰ ਬਣਾਉਣ ਲਈ ਕਿਹੜੀ ਕਿਹੜੀ ਟਾਈਲ ਦੀ ਵਰਤੋਂ ਕੀਤੀ ਗਈ ਹੈ ਜੀ ਸਾਨੂੰ ਇਹ ਫਰਸ਼ ਦਿਖਾਇਆ ਗਿਆ ਹੈ ਇੱਕ ਇਹ ਵਾਲਾ ਤੇ ਦੱਸ ਪੁੱਛਿਆ ਗਿਆ ਹੈ ਕਿ ਇਸ ਫਰਸ਼ ਨੂੰ ਬਣਾਉਣ ਲਈ ਕਿਹੜੀ ਟਾਈਲ ਦੀ ਵਰਤੋਂ ਕੀਤੀ ਜਾਏਗੀ ਤੇ ਇਹਨੂੰ ਤੁਸੀਂ ਦੇਖੋਗੇ ਤੁਸੀਂ ਦੇਖ ਸਕਦੇ ਜੀ ਕਿ ਜੋ ਇਸ ਥਾਂ ਦੇ ਉੱਪਰ ਬਣ ਰਿਹਾ ਆ ਉਹ ਕਿਹੜੀ ਆਕਰਤੀ ਬਣ ਰਹੀ ਆ ਐਡਾ ਆਪਸ਼ਨ ਇਹ ਵਾਲੀ ਬਿਲਕੁਲ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਆ ਰਿੰਕੂ ਨੇ ਦੁਕਾਨ ਤੋਂ 5 ਕਿਲੋਗ੍ਰam ਆਟਾ ਤੇ 8 ਕਿਲੋਗ੍ਰam ਚਾਵਲ ਖਰੀਦੇ ਉਸ ਕੋਲ ਕਿੰਨੇ ਕਿਲੋਗ੍ਰam ਰਸ਼ ਉਸਨੇ ਕੁੱਲ ਕਿੰਨੇ ਕਿਲੋਗ੍ਰam ਰਾਸ਼ਨ ਖਰੀਦਿਆ ਇਹ ਸਾਡਾ ਸਿੰਪਲ ਇੱਕ ਪਲੱਸ ਦਾ ਸਵਾਲ ਆ ਜੋੜ ਦਾ 5 ਜਮਾ 8 ਇਹ ਜੋਰ ਤੁਸੀਂ ਕਰਕੇ ਦੇਖਣਾ ਆ ਆਨਸਰ ਜੋ ਤੁਹਾਡਾ ਆਏਗਾ ਉਹ ਹੋਏਗਾ ਏਡੀ ਆਪਸ਼ਨ 33 ਕਿਲੋਗ੍ਰਾਮ ਅੱਗੇ ਸਾਡੇ ਕੋਲ ਇੰਗਲਿਸ਼ ਦਾ ਪੈਰਾ ਹੈ ਅੱਜ ਦਾ ਤੁਹਾਡੀ ਹੈਲਪ ਵਾਸਤੇ ਇਹਨੂੰ ਨਾਲ ਪੜ੍ਹਦੇ ਆ ਆਪਾਂ ਵਾਂਸ ਰਾਹੁਲ ਵਾਸ ਇਨ ਟ੍ਰਬਲ ਹੀ ਵਾਸ ਗੋਇੰਗ ਟੂ ਹਿਸ ਸਕੂਲ ਔਨ ਅ ਬਾਈਸਾਈਕਲ ਬਟ ਸਡਨਲੀ ਹਿਸ ਸਾਈਕਲ ਵਾਸ ਹਿਟ ਬਾਈ ਅ ਕਾਰ ਰਾਹੁਲ ਫੈਲ ਡਾਊਨ ਹੀ ਵਾਸ ਇਨ ਡੀਪ ਪੇਨ ਹੀ ਵਾਸ ਨਾਟ ਏਬਲ ਟੂ ਸਟੈਂਡ ਪ੍ਰੋਪਰਲੀ then his friend rohit came for his help he took him to the doctor gave him medicine and then took him to his home rahul thanked rohan for his help that is why it is said that friend in need is a friend in deed eh sada ajj da passage se english da questions dekhde haan first question hai rahul was going to his rahul kithe ja reya si ਤੇ ਅਸੀਂ ਫਰਸਟ ਲਾਈਨ ਦੇ ਵਿੱਚ ਇੱਥੇ ਦੇਖਿਆ ਆ ਕਿ ਰਾਹੁਲ ਵਾਸ ਗੋਇੰਗ ਟੂ ਹਿਸ ਸਕੂਲ ਇਸ ਤਰ੍ਹਾਂ ਸਦਾ ਸਹੀ ਆਂਸਰ ਕੀ ਹੋਏਗਾ ਸਕੂਲ ਸੀ ਆਪਸ਼ਨ ਸਾਡਾ ਸਹੀ ਆਂਸਰ ਹੈ ਨੈਕਸਟ ਕੁਐਸਚਨ ਹੈ ਰਾਹੁਲ ਰਾਹੁਲਸ ਬਾਈਸਾਈਕਲ ਵਾਸ ਹਿੱਟ ਬਾਏ ਆਪਸ਼ਨਸ ਕਾਰ ਟਰੱਕ ਮੋਟਰਸਾਈਕਲ ਵੈਨ ਤੇ ਰਾਹੁਲ ਦੀ ਸਾਈਕਲ ਨੂੰ ਹਿੱਟ ਕਿਹਨੇ ਕੀਤਾ ਸੀ ਕਾਰ ਨੇ ਇਹ ਆਪਸ਼ਨ ਸਾਡਾ ਸਹੀ ਆਂਸਰ ਹੋਏਗਾ ਨੈਕਸਟ ਹੂ ਵਾਸ ਇਨ ਪੇਨ rahul ਡਿੱਗ ਗਿਆ ਸੀ ਅਸਕਰ ਕਿ ਰahul ਨੂੰ ਦਰਦ ਹੋ ਰਿਹਾ ਸੀ ਇਹ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਕੁਐਸਚਨ ਇਜ਼ ਚੂਜ਼ ਦ ਕਰੈਕਟ ਪ੍ਰੋਨਾਉਨ ਫੋਰ ਰੋਹਿਤ ਜੀ ਇੱਕ ਮੇਲ ਦੇ ਲਈ ਸਿੰਗੂਲਰ ਮੇਨ ਆ ਸਿਰਫ ਮੇਲ ਆ ਇੱਕ ਆਦਮੀ ਉਹਦੇ ਵਾਸਤੇ ਅਸੀਂ ਪ੍ਰੋਨਾਉਨ ਕਿਹੜਾ ਵਰਤਦੇ ਆ ਆਪਸ਼ਨ ਸਾਨੂੰ ਦਿੱਤੇ ਆ ਦੇ ਸ਼ੀ ਹੀ ਵੀ ਸੀ ਆਪਸ਼ਨ ਸਾਡਾ ਸਹੀ ਆਨਸਰ ਹੈ ਹੀ ਨੈਕਸਟ ਐਜ਼ ਇਵ ਐਜ਼ ਫਰੈਂਡ ਇਜ਼ ਟੂ ਫਰੈਂਸ ਹਾਊਸ ਇਜ਼ ਟੂ ਫਰੈਂਡ ਤੋਂ ਫਰੈਂਡਸ ਬਣਾਇਆ ਗਿਆ ਆ ਤੇ ਕੀ ਹੋ ਰਿਹਾ ਏ ਪਲੂਰਲ ਦੇ ਵਿੱਚ ਚੇਂਜ ਕੀਤਾ ਗਿਆ ਹੈ ਤੇ ਹਾਊਸ ਦਾ ਪਲੂਰਲ ਕੀ ਹੋਏਗਾ ਏ ਆਪਸ਼ਨ ਸਾਡਾ ਸਹੀ ਆਨਸਰ ਹੈ ਹਾਊਸਸ ਅੱਗੇ ਸਾਡੇ ਕੋਲ ਹਿੰਦੀ ਦਾ ਪੈਰਾ ਆ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਇਸ ਪੈਰੇ ਨੂੰ ਪੜ੍ਹ ਸਕਦੇ ਜੇ ਜੇ ਨਹੀਂ ਪੜਿਆ ਹੋਇਆ ਤੇ ਕਵੈਸਚਨਸ ਨੂੰ ਫਿਰ अटेम्प्ट ਕਰਨਾ ਹੈ ਜੀ ਕੁਐਸਚਨਸ ਦੇਖਦੇ ਹਾਂ ਫਰਸਟ ਕੁਐਸਚਨ ਹੈ ਕਿਸਾਨ ਕੇ ਕਿਤਨੇ ਪੁੱਤਰ ਥੇ ਤੇ ਪੈਰੇ ਦੇ ਵਿੱਚ ਅਸੀਂ ਪੜਿਆ ਹੈ ਕਿ ਕਿਸਾਨ ਦੇ ਚਾਰ ਪੁੱਤਰ ਸੇ ਪੁੱਤਰ ਥੇ ਸੀ ਥਰਡ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਕੁਐਸਚਨ ਹੈ ਕਿਸਾਨ ਨੇ ਬੇਟੋ ਨੂੰ ਕੀ ਸਮਝਾਇਆ ਕਿਸਾਨ ਨੇ ਆਪਣੇ ਬੇਟ ਬੇਟਾਂ ਨੂੰ ਸਮਝਾਇਆ ਸੀ ਕਿ ਉਹਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਸੈਕੰਡ ਆਪਸ਼ਨ ਸਾਡਾ ਸਹੀ ਆਨਸਰ ਹੈ ਨੈਕਸਟ ਹੈ ਕਿਸਾਨ ਨੇ ਲੱਕੜੀ ਲਾਣੇ ਕੋ ਕਹਾ ਵਾਕਿਆ ਮੇ ਲੱਕੜੀ ਸ਼ਬਦ ਦਾ ਵਚਨ ਬਦਲੋ ਜੀ ਲੱਕੜੀ ਸ਼ਬਦ ਦਾ ਵਚਨ ਬਹੁਵਚਨ ਕਰਨਾ ਹੈ ਤੇ ਕੀ ਹੋਏਗਾ ਲੱਕੜੀਆਂ ਸਿਰਫ ਅ ਇੱਥੇ ਸਾਡੇ ਜੋ অপਸ਼ਨ ਦਿੱਤੇ ਗਏ ਆ ਫਰਸਟ অপਸ਼ਨ ਹੈ ਕਿਸਾਨ ਨੇ ਲੱਕੜੀਆਂ ਲਾਣੇ ਕੋ ਕਹਾ ਪਰ ਬੜੀ ਈ ਦੀ ਮਾਤਰਾ ਵਰਤੀ ਗਈ ਹੈ ਇਸ ਕਰਕੇ ਥੋੜਾ ਇਹ ਗਲਤ ਬਣ ਰਿਹਾ ਹੈ ਨੈਕਸਟ ਹੈ ਕਿਸਾਨ ਨੇ ਲੱਕੜੇ ਲਾਣੇ ਕੋ ਕਹਾ ਕਿਸਾਨੋ ਨੇ ਲੱਕੜੀਆਂ ਲਾਣੇ ਕੋ ਕਹਾ ਔਰ ਫੋਰਥ ਆਪਸ਼ਨ ਹੈ ਇਨ ਮੇ ਸੇ ਕੋਈ ਨਹੀਂ ਤੇ ਜੋ ਸਾਨੂੰ ਕਿਹਾ ਗਿਆ ਹੈ ਉਹ ਕਿਆ ਗਿਆ ਹੈ ਸਿਰਫ ਲੱਕੜੀ ਸ਼ਬਦ ਦਾ ਵਚਨ ਬਦਲਣਾ ਸੀ ਪਰ ਜੋ ਥਰਡ ਆਪਸ਼ਨ ਲੱਕੜੀਆਂ ਦੀ ਸਪੈਲਿੰਗ ਸਹੀ ਆ ਪਰ ਉੱਥੇ ਕਿਸਾਨੋ ਦਾ ਵੀ ਵਚਨ ਬਦਲ ਦਿੱਤਾ ਗਿਆ ਹੈ ਇਸ ਕਰਕੇ ਕੋਈ ਵੀ ਆਪਸ਼ਨ ਸਹੀ ਨਹੀਂ ਬਣ ਰਹੀ ਇਸ ਕਰਕੇ ਅਸੀਂ ਦਾ ਫੋਰਥ ਆਪਸ਼ਨ ਹੀ ਮਾਰਕ ਕਰਾਂਗੇ ਆਨਸਰ ਇਨ ਮੇ ਸੇ ਕੋਈ ਨਹੀਂ यदि सिर्फ बनना किसान ने लकड़ियाँ इत छोटी ईद मात्रा होनी चाहिए सी लकड़ियाँ लाने को कहा नैक्सट क्वेश्चन देखते हैं एकता में शक्ति है इसलिए हमें क्या करना चाहिए जी सैकेंड ऑप्शन सही आंसर है हमेशा हमें हमेशा मिलजुल कर रहना चाहिए नेक्स्ट क्वेश्चन है बेटों ने आसानी से तोड़ दिया ਜੀ ਆਪਸ਼ਨਲ ਲਕੜੀਆਂ ਕੇ ਗੱਟਰ ਕੋ 1-1 ਲਕੜੀ ਕੋ 2-2 ਲਕੜੀਆਂ ਕੋ 5-5 ਲਕੜੀਆਂ ਕੋ ਤੇ ਆਸਾਨੀ ਨਾਲ ਕੀ ਤੋੜ ਦਿੱਤਾ ਸੀ 1-1 ਲਕੜੀ ਕੋ ਸੈਕੰਡ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਕੁਐਸਚਨ ਹੈ ਤੁਹਾਡਾ ਛੋਟਾ ਭਰਾ ਪਤੰਗ ਉਡਾਉਣ ਦੀ ਜ਼ਿੱਦ ਕਰ ਰਿਹਾ ਹੈ ਤੁਸੀਂ ਉਸ ਨੂੰ ਪਤੰਗ ਉਡਾਉਣ ਲਈ ਕਿੱਥੇ ਜਾਣ ਲਈ ਕਹੋਗੇ ਆਪਸ਼ਨਸ ਘਰ ਦੀ ਛੱਤ ਤੇ ਗਲੀ ਵਿੱਚ ਕਿਸੇ ਖੁੱਲੀ ਜਗ੍ਹਾ ਵਿੱਚ ਰੇਲਵੇ ਲਾਈਨ ਤੇ ਤੇ ਸਹੀ ਆਨਸਰ ਇਹਦਾ ਹੋਏਗਾ ਕਿਸੇ ਖੁੱਲੀ ਜਗ੍ਹਾ ਵਿੱਚ ਛੱਤ ਤੇ ਜਾਂ ਗਲੀ ਚ ਜਾਂ ਰੇਲਵੇ ਲਾਈਨ ਤੇ ਪਤੰਗ ਨਹੀਂ ਉਡਾਉਣੀ ਚਾਹੀਦੀ ਸੱਟ ਲੱਗਣ ਦਾ ਡਰ ਰਹਿੰਦਾ ਹੈ ਇਸ ਕਰਕੇ 3rd ਆਪਸ਼ਨ ਸਹੀ ਆਨਸਰ ਹੈ ਕਿਸੇ ਖੁੱਲੀ ਜਗ੍ਹਾ ਤੇ ਨੈਕਸਟ ਹੈ ਰਮਨ ਨੂੰ ਬਹੁਤ ਸਾਰੇ ਮੋਰ ਦੇ ਖੰਭ ਮਿਲੇ ਰਮਨ ਇਹਨਾਂ ਖੰਭਾਂ ਨੂੰ ਆਪਸ਼ਨ ਦਿੱਤੇ ਗਏ ਕਿਤਾਬਾਂ ਵਿੱਚ ਰੱਖ ਸਕਦਾ ਹੈ ਧਰਤੀ ਵਿੱਚ ਬੀਜ ਸਕਦਾ ਹੈ ਸੁੰਦਰ ਡਿਜ਼ਾਈਨ ਬਣਾ ਸਕਦਾ ਹੈ ਕੂੜੇ ਵਿੱਚ ਸੁੱਟ ਸਕਦਾ ਹੈ ਤੇ ਸਹੀ ਆਨਸਰ ਹੋਏਗਾ ਉਹ ਹੈ ਸੁੰਦਰ ਡਿਜ਼ਾਈਨ ਬਣਾ ਸਕਦਾ ਹੈ ਨੈਕਸਟ ਕੁਐਸਚਨ ਹੈ ਆਇਓਡੀਨ ਦੀ ਕਮੀ ਨਾਲ ਗਿੱਲੜ ਰੋਗ ਹੋ ਜਾਂਦਾ ਹੈ ਇਸ ਰੋਗ ਤੋਂ ਬਚਾ ਲਈ ਸਾਨੂੰ ਕੀ ਖਾਣਾ ਚਾਹੀਦਾ ਹੈ ਫਸਟ ਆਪਸ਼ਨ ਹੈ ਆਇਓਡੀਨ ਯੁਕਤ ਨਮਕ ਅਤੇ ਸਮੁੰਦਰੀ ਇੱਥੇ ਨਾਲ ਭੋਜਨ ਲਿਖਣਾ ਚਾਹੀਦਾ ਸੀ ਇਹ ਸ਼ਾਇਦ ਛੁੱਟ ਗਿਆ ਹੈ ਪ੍ਰਿੰਟਿੰਗ ਦੇ ਵਿੱਚ ਸਮੁੰਦਰੀ ਭੋਜਨ ਸੈਕਿੰਡ ਆਪਸ਼ਨ ਹੈ ਭੋਜਨ ਫਲ ਤੇ ਇਹ ਭੋਜਨ ਜੋ ਹੈ ਇੱਥੇ ਹੋਣਾ ਚਾਹੀਦਾ ਸੀ ਉਹ ਸੈਕਿੰਡ ਆਪਸ਼ਨ ਦੇ ਨਾਲ ਜੁੜ ਗਿਆ ਹੈ ਫਲ ਤੇ ਸਬਜ਼ੀਆਂ ਦੁੱਧ ਤੇ ਪਨੀਰ ਦਾਲਾਂ ਤੇ ਸੋਇਆਬੀਨ ਤੇ ਆयोडीਨ ਦਾ ਸਭ ਤੋਂ ਵਧੀਆ ਸਰੋਤ ਕੀ ਹੁੰਦਾ ਹੈ ਜਾਂ ਤੇ ਸਮੁੰਦਰੀ ਭੋਜਨ ਜਾਂ ਫਿਰ ਆयोडीਨ ਯੁਕਤ ਨਮਕ ਇਸ ਕਰਕੇ ਫਸਟ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਜੋੜਾ ਗਲਤ ਹੈ ਜੀ ਨਾਲ ਤਿਉਹਾਰ ਦੱਸੇ ਗਏ ਔਰ ਉਹਨਾਂ ਨੂੰ ਕਿਹੜੀ ਚੀਜ਼ ਬਣਾਈ ਜਾਂਦੀ ਹੈ ਜਾਂ ਖਾਧੀ ਜਾਂਦੀ ਹੈ ਉਹ ਦੱਸਿਆ ਗਿਆ ਹੈ ਲੋਹੜੀ ਨੂੰ ਮੂੰਗਫਲੀ ਦੀਵਾਲੀ ਮਠਿਆਈ ਬਸੰਤ ਪੀਲੇ ਚਾਵਲ ਫੋਰਥ ਆਪਸ਼ਨ ਇਨ ਰਾਤ ਦੇ ਗਜਕ ਫੋਰਥ ਆਪਸ਼ਨ ਗਲਤ ਹੈ ਸਾਡਾ ਨਰਾਤਿਆਂ ਦੇ ਵਿੱਚ ਹਲਵਾ ਪੂੜੀ ਬਣਾਇਆ ਜਾਂਦਾ ਹੈ ਗਜਕ ਲੋਹੜੀ ਨੂੰ ਹੀ ਖਾਈ ਜਾਂਦੀ ਹੈ ਨੈਕਸਟ ਕੁਐਸਚਨ ਹੈ ਸਾਹ ਨੂੰ ਸਾਹ ਲੈਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਆਕਸੀਜਨ ਦੀ ਉਚਿਤ ਮਾਤਰਾ ਲਈ ਕੀ ਕਰਨਾ ਜ਼ਰੂਰੀ ਹੈ ਆਪਸ਼ਨ ਆਕਸੀਜਨ ਦੇ ਸਿਲੰਡਰ ਵੱਧ ਗਿਣਤੀ ਵਿੱਚ ਰੱਖਣੇ ਚਾਹੀਦੇ ਹਨ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਆਕਸੀਜਨ ਪੈਦਾ ਕਰਨ ਲਈ ਮਸ਼ੀਨਾਂ ਲਾਉਣੀਆਂ ਚਾਹੀਦੀਆਂ ਹਨ ਆਕਸੀਜਨ ਦੀ ਵਰਤੋਂ ਘੱਟ ਕਰ ਦੇਣੀ ਚਾਹੀਦੀ ਹੈ ਜੀ ਦੇਵਿਚ ਜੇ ਸਹੀ ਆਂਸਰ ਹੋਏਗਾ ਉਹ ਸਾਡਾ ਆ ਸੈਕਿੰਡ ਆਪਸ਼ਨ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਕਿਉਂਕਿ ਨੇਚਰਲੀ ਪੌਦੇ ਸਾਨੂੰ ਆਕਸੀਜਨ ਦਿੰਦੇ ਆ ਇਸ ਕਰਕੇ ਸਾਨੂੰ ਮਸ਼ੀਨਾਂ ਲਾਉਣ ਦੀ ਜਾਂ ਸਿਲੰਡਰ ਰੱਖਣ ਦੀ ਕੋਈ ਜ਼ਰੂਰਤ ਨਹੀਂ ਆ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਅਸੀਂ ਆਕਸੀਜਨ ਦੀ ਉਚਿਤ ਮਾਤਰਾ ਪ੍ਰਾਪਤ ਕਰ ਸਕਦੇ ਆ ਇਹ ਸਾਡੀ ਅੱਜ ਦੀ ਅਭਿਆਸ ਸ਼ੀਟ ਸੀ ਜੀ ਜ਼ਰੂਰੀ ਨਾਲ ਇਹ ਪ੍ਰੈਕਟਿਸ ਕਰਿਆ ਕਰੋ ਥੈਂਕ ਯੂ ਹੈਵ ਅ ਨਾਈਸ ਡੇ